ਇੱਕੀ ਜਾਣਗੇ। ਕਹਿੰਦਾ ਮੁਰਗਾ ਕੱਢ ਫਿਰ ਉਸ ਤੋਂ ਬਾਅਦ ਸੋਚਾਂ ਕਿ ਕੀ ਬਣਦਾ। ਇੱਚ ਵੀ ਨੀ ਬੜਿਆ ਜਾਣਾ ਸਾਲਾ ਖੁੱਟੇ ਦੇ ਬਾਹਰ ਹੀ ਆਜੂ ਬਾਹਰ ਕੇ ਲਾਲ ਹੀ ਫੜ ਗਈ। ਕਹਿੰਦਾ ਮੁਰਗੀ ਵੀ ਬਹੁਤ ਆਪਾਂ ਨੂੰ ਵਰਤਾ ਮੁਰਗੇ ਦੀ ਚੱਲਣ ਦੇ ਕੰਮ ਇਹ ਕੀ ਉਹ ਕਰਨਗੇ ਆਪੇ ਬਣ ਸੌਰੀ ਮੇਰੇ ਜਮਾ ਸਿਖਾ ਤੇ ਦੋ ਮਿੰਟ ਬੈਠਾ ਦਮ ਲੈ ਲਏ ਤੇ ਵਜਾ ਗਈ ਮਨਾ ਅੱਜ ਤਾਂ ਰਹਿਣ ਦੇ ਕੱਲ ਨੂੰ ਗੀਸੇ ਨੂੰ ਲਿਆ ਸੱਦ ਕੇ ਉਹ ਖਾ ਲੂਗਾ ਵਿੱਚ ਬੋਰਾ ਤਾਂ ਕੀ ਹੁੰਦਾ ਅੱਜ ਦਾਲ ਬਣਾਉਣੇ ਆ ਸਾਗ ਤੋਂ ਮੂੰਗੀ ਬਣਾ ਲੈ ਤੜਕਾ ਲਾ ਕੇ ਮੁਰਗੇ ਵਰਗੀ ਬਣ ਜੂ ਹਰਾ ਧਨੀਆ ਤੋੜ ਲਾਂਗੇ ਕੋਲੇ ਧਨੀਆ ਆਪਣੇ ਇੱਥੇ ਖੜਾ ਕਿਹੜਾ ਦੂਰ ਜਾਣਾ ਐਂ ਕਰ ਕੱਲ ਨੂੰ ਫਿਰ ਗੀਸਾ ਆਪੇ ਬਣਾ ਲਿਆ ਤਾਂ ਆਪ ਨੂੰ ਵੱਢਣਾ ਪਊ ਉਹ ਵੱਢ ਦੂ ਨਾਲੇ ਬਣਾ ਕੇ ਦੇ ਦੂ ਆਪਾਂ ਝੋਕੇ ਹੀ ਲਾਉਣਾ ਦੋ ਝੋਕਿਆਂ ਨਾਲ ਰਾਹ ਬਣਾਉਣਾ ਚਾਲ ਮਨਾ ਕੁਛ ਦਾਲ ਹੀ ਲਿਆ ਦਾਲ ਬਣਾ ਹਾਈ ਹਾਈ ਹੈਲੋ ਮੰਮੀ ਜੀ ਆਪਾਂ ਬੈਠੇ ਬੈਠੇ ਲਸਣ ਛਿੱਲ ਲਈਏ ਪਾਲਕ ਚੀਰ ਲਈ ਸੀ ਪਾਲਕ ਹਾਂਜੀ ਚੀਰ ਲਈ ਮੈਂ ਮੰਮੀ ਜੀ ਇੱਕ ਗੱਲ ਦੱਸਾਂ ਹਾਂ ਬਾਪੂ ਨਾ ਮੁਰਗਿਆਂ ਦੇ ਮਗਰ ਭੱਜਿਆ ਫਿਰਦਾ ਕਹਿੰਦਾ ਕਿਉਂ ਮਗਰ ਭੱਜਿਆ ਫਿਰਦਾ ਕਹਿੰਦਾ ਅੱਜ ਤਾਂ ਰਿੰਨ ਕੇ ਖਾਊ ਮੁਰਗਾ ਵੱਡੇ ਮੁਰਗੇ ਦੇ ਪਿੱਛੇ ਪਿਆ ਪਿਆ ਕੋਈ ਨੀ ਫਿਰ ਲੈਣ ਦੇ ਖੇਡ ਲੈਣ ਦੇ ਮੁਰਗਿਆਂ ਨਾਲ ਖੇਡੂਗਾ ਮੁਰਗਾ ਨਹੀਂ ਡਾ ਦਿੰਦਾ ਉਹਨੂੰ ਉਹ ਮਾਂ ਐਂ ਕਿਉਂ ਕਰਦੀ ਹੁੰਦੀ ਆ ਮੈਨੂੰ ਤਾਂ ਨਾ ਤਰਸ ਆਇਆ ਮਾਂ ਮੁਰਗਾ ਫੜ ਕੇ ਮੈਂ ਨਾ ਦੇਦਾ ਬਾਪੂ ਨੂੰ ਮੈਨੂੰ ਲੱਗਦਾ ਬਾਪੂ ਦਾ ਅੱਜ ਮੁਰਗਾ ਖਾਣ ਨੂੰ ਜੀ ਕਰੀ ਜਾਂਦਾ ਟਿਕ ਜਾ ਟਿਕ ਜਾ ਆਪਦੇ ਟੱਬਰ ਦੀ ਹਿਰ ਮਗਰ ਲੱਗ ਲੱਗ ਗਿਆ ਬਾਪੂ ਦੀਆਂ ਮਹਾਤਾਂ ਕਰਾਉਣ ਉਹ ਤਾਂ ਠੀਕ ਆ ਮਾਂ ਮਗਰ ਤਾਂ ਮੈਂ ਛੋਡੀ ਲੱਗਿਆ ਹੋਇਆ ਮੈਨੂੰ ਤਾਂ ਤਰਸ ਜਿਹਾ ਆ ਗਿਆ ਸੀ ਮੈਂ ਚੱਲ ਆ ਗਿਆ ਤਰਸ ਉਹਦਾ ਕਿਤੇ ਮੁਰਗੇ ਮਗਰ ਫਿਰਦਾ ਉਹ ਤਰਸ ਕਰਨ ਵਾਲਾ ਉਹ ਤੇਰੀਆਂ ਤਾਂ ਗੱਲਾਂ ਸਹੀ ਆ ਬਾਹਰ ਮੈਨੂੰ ਹੈਪੀ ਵੀ ਅੱਜ ਨਾ ਇੰਨਾ ਕੁਛ ਬੋਲਿਆ ਸੀ ਕਹਿੰਦਾ ਮਾੜਾ ਮੋਟਾ ਬੁੜੇ ਦਾ ਤਰਸ ਕਰ ਲਿਆ ਕਰ ਮੈਂ ਕਿਹਾ ਹੁਣ ਤਰਸ ਤਾਂ ਕਰਦੇ ਆ ਸਾਥੋਂ ਨਹੀਂ ਹੁੰਦਾ ਤਰਸ ਕਹਿੰਦੀ ਹੈਪੀ ਨੂੰ ਸਾਡੇ ਬੁੜੇ 'ਚ ਪਤਾ ਕਿੰਨੀਆਂ ਜੜ ਖਟੀਆਂ ਐਂ ਤਾਂ ਸਾਰਿਆਂ ਨੂੰ ਹੀ ਪਤਾ ਪਰ ਉਹੀ ਗੱਲ ਲੋਕ ਟੀਚਰਾਂ ਕਰਦੇ ਆ ਤੇ ਅੱਜ ਕੀ ਬਣਾਉਣਾ ਫਿਰ ਅਸੀਂ ਤਾਂ ਪਾਲਕ ਬਣਾਵਾਂਗੇ ਅੱਛਾ ਅੱਛਾ ਹਾਂ ਚੀਰੀ ਪਈ ਹੈਗੀ ਮੰਮੀ ਪਾਲਕ ਪਨੀਰ ਬਣਾਵਾਂਗੇ ਵਿੱਚ ਪਨੀਰ ਪਾ ਕੇ ਬਣਾਉ ਮੈਂ ਆ ਪਨੀਰ ਜਦ ਮੈਂ ਤਾਰ ਕੱਢ ਲਈ ਉਹ ਪਨੀਰ ਕੱਢ ਲਾਂਗੇ ਹੱਥ ਨੇ ਉਹ ਤੇ ਕੀ ਚਿਰ ਲੱਗੂਗਾ ਠੀਕ ਆ ਚੱਲ ਚੰਗਾ ਫਿਰ ਉਹਨੇ ਬੁੜੇ ਨੇ ਨਾ ਮੁਰਗੇ ਨਾਲ ਜਦੋਂ ਮਗਰ ਡਿੱਗ ਪਿਆ ਮੁਰਗੇ ਤੇ ਲੱਤ ਬਾਂਹ ਤੜਾਉਣੀਆਂ ਮੁੜ ਕੇ ਸੰਡੀ ਵੀ ਨਹੀਂ ਜਾਣੀ ਉਹ ਮਾਂ ਐ ਕਿਉਂ ਬੋਲਦੀ ਹੁੰਨੀ ਐ ਹੈਗਾ ਤਾਂ ਬਾਪੂ ਦਾ ਦੱਸ ਮੇਰਾ ਤੂੰ ਨਾ 24 ਘੰਟੇ ਮਾੜਾ ਹੀ ਬੋਲੀ ਜਾਂਦੀ ਐ ਇਹ ਮੈਨੂੰ ਪਤਾ ਐ ਬਾਪੂ ਐ ਤੇਰਾ ਮੇਰਾ ਵੀ ਕੁਝ ਲੱਗਦਾ ਸੀ ਉਹ ਚੱਲ ਚੰਗਾ ਮੈਂ ਤਾਂ ਮੂੰਹ ਹੱਥੋਂ ਨਾ ਤੇ ਮੈਨੂੰ ਨਾ ਮੈਂ ਰੋਟੀ ਦਾ ਚੱਲ ਠਹਿਰ ਕੇ ਬਣਾਉਂਗੇ ਤੁਸੀਂ ਮੀਤ ਚਾਹ ਦੀ ਕੁੱਟ ਬਣਾ ਦੀ ਮੈਨੂੰ ਆ ਲਸਣ ਛਿੱਲ ਕੇ ਚੰਗਾ ਬਸ ਬਣਾ ਦਿੰਨੀ ਆ ਜੀ ਚਾਹ ਤਾਂ ਮੈਂ ਚੰਗਾ ਚੰਗਾ ਹੁਣ ਉਹਨੂੰ ਐ ਹੋਊਗਾ ਵੀ ਮੈਂ ਮੁਰਗੇ ਨਾਲ ਹੀ ਢਿੱਡ ਭਰ ਲੂੰਗਾ ਰੋਟੀਆਂ ਕਿੱਥੇ ਪਕਾਉਂਗਾ ਹਜੇ ਤਾਂ ਸਾਰੇ ਕੰਮ ਕਰਨੇ ਪੈਣਗੇ ਆਪਣੇ ਨਾਲ ਲੈਦਾ ਹੋ ਕੇ ਤਾਂ ਹੁਣੀ ਨਾ ਪਕਾ ਕੇ ਖਾ ਲੈ ਨਾਲ ਹੀ ਇੱਥੇ ਮਾਰੀ ਜਾਂਦਾ ਰਹਿੰਦਾ ਮੰਮੀ ਫੂਕਾ ਮੁੜ ਕੇ ਚੁੱਲ੍ਹੇ ਮੂਰੇ ਦਾੜੀ ਮਚਾ ਕੇ ਬਹਿ ਜਾਊਗਾ ਹੋਰ ਕੀ ਕਰੂਗਾ ਉਹ ਹੋਈ ਵਧੀਆ ਇਹਦੇ ਨਾਲ ਵਧੀਆ ਵਧੀਆ ਹੋਰ ਆਈ ਹੋਣੀ ਚਾਹੀਦੀ ਸੀ ਉਹ ਮੀਤ ਕਿੰਨਾ ਕੁ ਟਾਈਮ ਲੱਗੂਗਾ ਚਾਹ ਨੂੰ ਆ ਗਈ ਜੀ ਐਨੀ ਕਾਹਦੀ ਕਿਉਂ ਮਚਾਉਣੇ ਨੇ ਤੁਹਾਨੂੰ ਪਤਾ ਲਈ ਆਉਂਦੀ ਸੀ ਬਸ ਮੈਂ ਚਾਹ ਉਹ ਚਾਹ ਨੂੰ ਨਾ ਬਾਲਾ ਜੀ ਕਰੀ ਜਾਂਦਾ ਤੈਨੂੰ ਪਤਾ ਹੀ ਹੈ ਖੇਤੋਂ ਥੱਕਿਆ ਆਇਆ ਸੀ ਚਾਹ ਨੂੰ ਤਾਂ ਜੀ ਕਰਦਾ ਸੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਮੈਨੂੰ ਬਹੁਤ ਜ਼ਿਆਦਾ ਟੈਨਸ਼ਨ ਹੋਈ ਪਈ ਹੈ ਹੁਣ ਤੈਨੂੰ ਕਾਹਦੀ ਟੈਨਸ਼ਨ ਹੋ ਗਈ ਮੈਨੂੰ ਟੈਨਸ਼ਨ ਇਹ ਹੋਈ ਪਈ ਆ ਵੀ ਬਾਪੂ ਜੀ ਨੂੰ ਔਖਾ ਹੋ ਗਿਆ ਇਸ ਤਰ੍ਹਾਂ ਯਾਰ ਹੁਣ ਮੈਂ ਦੱਸ ਕੀ ਕਰਾਂ ਬਾਪੂ ਕਿਹੜਾ ਹਟਦਾ ਉਹ ਕਹਿੰਦਾ ਵੀ ਮੈਂ ਆ ਬਸ ਇਸ ਦੁਨੀਆ ਤੇ ਹੋਰ ਕੋਈ ਬੰਦਾ ਹੀ ਨਹੀਂ ਹੈਗਾ ਹੈਗਾ ਅੜੀ ਛੱਡਦਾ ਨਹੀਂ ਹੈਗਾ ਉਧਰੋਂ ਹੁਣ ਮਾਂ ਨਹੀਂ ਅੜੀ ਛੱਡਦੀ ਮੇਰੀ ਗੱਲ ਸੁਣ ਮੈਂ ਤੈਨੂੰ ਐਂ ਕਹਿੰਦਾ ਸੀ ਵੀ ਤੂੰ ਚੱਲ ਮਾਂ ਦੇ ਮਗਰ ਤਾਂ ਲੱਗਣਾ ਹੀ ਹੈ ਮੈਂ ਵੀ ਲੱਗਿਆ ਹੋਇਆ ਹਨਾ ਪਰ ਇਹ ਨਹੀਂ ਹੈਗਾ ਵੀ ਮਾਂ ਦੇ ਮਗਰ ਲਾ ਕੇ ਤੂੰ ਬਾਪੂ ਨੂੰ ਕੁਛ ਮਾੜਾ ਚੰਗਾ ਬੋਲ ਦੇ ਜਿਵੇਂ ਮਾਂ ਤੈਨੂੰ ਕਹਿੰਦੀ ਆ ਉਵੇਂ ਕਰ ਲਾ ਇੱਕ ਗੱਲ ਦਾ ਧਿਆਨ ਰੱਖੀ ਜਦੋਂ ਮਾਂ ਘਰੇ ਨਹੀਂ ਹੁੰਦੀ ਹੈਗੀ ਹਨਾ ਉਦੋਂ ਬਾਪੂ ਨੂੰ ਰੋਟੀ ਪਾਣੀ ਦੇ ਦਿਆ ਕਰ ਮੈਂ ਦੇਣ ਦਾ ਸੋਚਿਆ ਸੀ ਗੱਲ ਕਰ ਮੰਮੀ ਤਾਂ ਤੁਹਾਨੂੰ ਪਤਾ ਘਰੇ ਰਹਿੰਦੀ ਆ ਉਹ ਕਿਸ ਪਾਸੇ ਜਾਂਦੀ ਨਹੀਂ ਚੱਲ ਇਹ ਵੀ ਗੱਲ ਠੀਕ ਆ ਤੇ ਮਾਂ ਨਾਲ ਵੀ ਨਾ ਐਵੇਂ ਕੋਈ ਵਿਗਾੜ ਨਹੀਂ
देख कल नू मियां बीबी ने ता इन्हां दा गुस्सा जायज है ना, बापू भी घट नहीं हैगा बोलण नू हटदा नहीं, अड़ब पौणा दिखाउंदा वाहवा, पर मैनू आए भी दो दिन नहीं चार दिन नहीं इन्हां नू इकट्ठे हो जाणा, जे तू जां मैं बापू नू कोई माड़ी चंगी गल कहती है ना वो फर्क पैण वाली गल हो जाती है। मेरी गल तो सुनो तुसी टेंशन ना लो, मैं बापू जी ने कोई भी माड़ा चंगा नहीं कहती, क्योंकि मैंने भी पता मैं तो बड़े है तो मैं इज्जत करती हूँ, ठीक है। फिर की हो गया पाज बापू जी ने सुधारण लिए यह सब कुछ कर रहे हैं, अपने केड़ा दिल च उन्होंने कोई वैर है। हाँ गल तो तेरी सही है, चल कोई गल नहीं, ते ऐ करी कि पालक पनीर बनाऊं अज। हाँ जी पालक पनीर बनाऊंगी, फिर ना दो रोटियां मैनू बाजरे दी ला दी, बड़ा जी करी जांदा इत्थे खाण नू। चलो कोई गल नहीं बाजरे दी ला दूंगी, ते चल मम्मी जी नू भी इहीं पुछ लूंगी, फिर मैं पूछा भी बापू जी ने रोटी दिया था बाजरे दी कि नहीं। तू नहीं पूछना हैगा, फिर तो उही कलेश वाली गल होगी। मैं तेनों ये गल की है जो मां ना हुई उदो रोटी फड़ा दी, ठीक है, जे सामने फड़ाएंगी फिर मां बोलूगी भी मेरे दे उत्तों दी होण के पैण लग गए। तो बोलती है वो कहती मेरा फर्क पाने तुसी तां बिंदे बिंदे कह दिंदे बापू दा तरस आउंदा तरस आउंदा, वह कहती फिर करी जाओ तरस कहती। चल कोई गल नहीं तू रोटी पानी कर, ते शाम नूं रोटी लियाई मेरे कोल, ठीक है फिर खाने आ। ते मां नूं ना कुछ बोली मैं तेनों आ गल्लां कहियां ने। बापू भी ना बड़ा अड़ब है, चल देखते हैं कदों हुण बना देने मुर्गे दी सुआ जो लावट आईयां ना धनिया दीआं, कल नूं सदेही जाबता करके रखांगे आपां, ओह करदी नहीं उहनूं कहिंदा कि कड़छी तूं लै जी मच जा मच जा मच जा मच जा मच जा गुन ल खड़ जा यार दाल ना थले लग जे आटे लगी आटे दो मिनट का कम है। स्यापा कर लिया जान में तो मैं तो रोटी नहीं खानी। चल चल पा 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 चल पी चल पी चल पी चल दाल तरी डिगी यार ना मच्छर दे हुण मेरी सेक नहीं बन जूगी बाहर थले लग जू आटा गुन हुण तो इहदा कुछ नहीं फिर वो तेल ले आवांगे फिर उहदे नाल कर लांगे कुछ नहीं तू भी छड बन गई तां बस मिल मुठियां ना मिलणगी चार चार रोटियां पाउणे पा एक दो तीन चार इन्नी बद रहेगी चल कुत्ते बेले पा दे मुर्गे पा देंगे सवेरे फड़ा गए मुर्गा रख लागे बेही दे बड़ा बनी पै गया यार इवें तो नहीं किसी ने कहा कि बुढ़िया के काम जी बुढ़िया साजे ना बस ऐ कर मैं इसमें पा दी छड दो पेगी वध ला दाल पी लै बाटी ते सौ जा फिर तड़के सोचा की बनता गल बुरान होगी कहानी यार इवें तो नहीं सियाने कहते उन्हां दी मरन जिहड़े रोण जाण दियां अपने काम कहानी कित्थे लोटदे चल इवें जी लै जा मुझे पता भी ना लगे उन्हां नूं देख दियां नहीं मैं इसमें पाया उन्हें कुछ नहीं मैं इसमें पा गया चल चल आप ना उन्होंने लड़ पैने भी वो मुका दी टैंकियां मुका दी आप तो इन्ना वेस्ट हो गया अं उन्हों तो खराब हो जाता होगा भैं जो काम करोटे ही हो गया अगे किन्ने नड़ीपड़ी जाता मैं जो भोरा का गुस्सा मन दी दूजे दिन वही जी हो जाती आ मैं तो दस दम जरा बहू जी ने कम बनान कर सारा उस चकता उमा उत्तों तो चंकी बन दी बहू मिचो लगता भी उस दिया वह तो वह हो नहीं तो जमी नहीं गुस्सा करती सी तो मारी जाता मैं तभी गुस्सा करती हूँ कि मना ए फिर अपनी भी आकड़ फिर लुटो जी ए मना लग गया तो बहाना कद किसी गल फिर आज लुटे आप तो रोज कम नहीं ही लुटोने चलो ए कर दैप्पी प्योना उन्होंने जगर किनू
ਉਹਨੂੰ ਕਹਿ ਰਿਹਾ ਵੀ ਤੂੰ ਬੁੜੀ ਨੂੰ ਉਹ ਕਰ ਵੀ ਕੋਈ ਬੁੜਾ ਹੋਰ ਬੰਜ ਕੱਢ ਦੂਗਾ ਫਿਰ ਤੁਰੀ ਫਿਰੀ ਜੇ ਖੋਲ ਲਿਆ ਫਿਰ ਕਿਤੇ ਤੇ ਉਹਨੂੰ ਕਹਿਣਾ ਕੰਜਰ ਨੂੰ ਅੱਜ ਉਹਨੂੰ ਪਿਆਉਣਾ ਮਾਂ ਮੈਂ ਖੇਤ ਜਾਣਾ ਚੱਲ ਫਿਰ ਅਸੀਂ ਨਾ ਰੋਟੀ ਨਾ ਚਾਹ ਤੇਰੀ ਉੱਥੇ ਲਿਆਵਾਂਗੇ ਖੇਤ ਨਾ ਤਾਂ ਅਸੀਂ ਰਾਜਣਾ ਪੱਟ ਲਿਆਵਾਂਗੇ ਅੱਛਾ ਤੇ ਨਾਲੇ ਮੇਥੇ ਤੋੜ ਲਿਆਵਾਂਗੇ ਤੇ ਤੂੰ ਕਰ ਕੰਮ ਅਸੀਂ ਆਈਆਂ ਬਸ ਮਾੜਾ ਜਲਦੀ ਆ ਜਾਓ ਚੰਗਾ ਫਿਰ ਨਾ ਜਲਦੀ ਆਵਾਂਗੇ ਬਸ ਆ ਕੰਮ ਜਨ ਨਵੇੜ ਦਈਏ ਅਸੀਂ ਮਾੜਾ ਮੋਟਾ ਰਹਿੰਦਾ ਜਿਹੜਾ ਚੱਲ ਠੀਕ ਆ ਮੈਂ ਜਾਣਾ ਫਿਰ ਤੁਮੇ ਠੀਕ ਹੈ ਮੰਮੀ ਮੇਰੇ ਨਾ ਕੱਪੜੇ ਇੱਕ ਝੱਲਣ ਵਾਲੇ ਰਹਿੰਦੇ ਆ ਧੋ ਤਾਂ ਮੈਂ ਲੈਤੇ ਬਾਕੀ ਵੀ ਸਾਰਾ ਕੰਮ ਹੋਇਆ ਪਿਆ ਮੈਂ ਨਾਲ ਹੀ ਚੱਲੂ ਖੇਤ ਤੂੰ ਆਏ ਕਰ ਫਿਰ ਮੈਂ ਤਾਂ ਰੋਟੀ ਰੂਟੀ ਬੰਨਦੀ ਆ ਉਧਰ ਨਾਲ ਜਿਹੜੇ ਦੋ ਭਾਂਡੇ ਰਹਿੰਦੇ ਉਹ ਮਾਂਜਦੀਆਂ ਠੀਕ ਹੈ ਤੇ ਤੂੰ ਨਾ ਕੱਪੜੇ ਸੁੱਕਣੇ ਪਾ ਦੀ ਤੇ ਤੇਰੇ ਪਿਓ ਦੇ ਤਾਂ ਨਹੀਂ ਕੱਪੜੇ ਕੁੱਪੜੇ ਚੱਕੇ ਤੂੰ ਉਹ ਤਾਂ ਚਾਰ ਕ ਛੂਟ ਸੀਗੇ ਧੋਣ ਵਾਲੇ ਉਹ ਰੱਖੀ ਬੈਠੀ ਆ ਮੈਂ ਕੋਲ ਹਜੇ ਧੋਤੇ ਨਹੀਂ ਬਸ ਕਰ ਰਹਿਣ ਦੇ ਇੱਕ ਤਾਂ ਮਹਾਤਾ ਨੇ ਲੈ ਲਈ ਮੰਮੀ ਕਿੱਥੇ ਮੱਥਾ ਮਾਰੂ ਕੱਲਾ ਚੱਲ ਮੈਂ ਕੱਪੜੇ ਤਾਂ ਧੋ ਦਿੰਨੀ ਆ ਬਾਕੀ ਰੋਟੀ ਟੋਕਾ ਉਹਦਾ ਕਰਦਾ ਰਹਿੰਦਾ ਮੈਂ ਕਹਿੰਦਾ ਤੈਨੂੰ ਵੀ ਮੈਰੀ ਨਹੀਂ ਹੁਣ ਬਣਦੀ ਉਹਦੇ ਨਾਲ ਵੀ ਤੂੰ ਛੱਡ ਦੇ ਖੜਾ ਬਣਦੀ ਤਾਂ ਹੁਣ ਸਾਡੀ ਵੀ ਨਹੀਂ ਠੀਕ ਹੈ ਤੇ ਪਰ ਕੱਪੜੇ ਲੀੜੇ ਤਾਂ ਧੋਣੇ ਹੀ ਪੈਣਗੇ ਆਸਮਾਨ ਜਿਹੜੇ ਪੈਂਦੇ ਆਪਣੇ ਨਾਲ ਬਾਈਕਾਟ ਆ ਉਹਦਾ ਲੋਕ ਕਹਿੰਦਾ ਉਤੋਂ ਦੀ ਖੜਖੜ ਦੇਖਦੇ ਆ ਦੇਖੀ ਜਾਂਦੇ ਜਿਹੜਾ ਕੋਈ ਦੇਖਦਾ ਮੇਰੇ ਕੋਲੇ ਆ ਜਾਣ ਚੰਗਾ ਮਾਤਾ ਫਿਰ ਮੈਂ ਚੱਲਦੀ ਆ ਮੈਂ ਨਾ ਕੱਪੜੇ ਸੁੱਕਣੇ ਪਾ ਦਾਂ ਲੈ ਤੇਰੇ ਪਿਓ ਦੇ ਤਾਂ ਮੈਨੂੰ ਖੜਾ ਮੈਂ ਸੱਟ ਕੇ ਆਵਾਂ ਉਹਦੇ ਕੋਲ ਬਾਲਾ ਗੁੱਸਾ ਕਰ ਜਾਂਦੇ ਆ ਮੰਮੀ ਨੀ ਗੁੱਸੇ ਨੂੰ ਉਹਦੇ ਕੋਲ ਟਿਕਾਣਾ ਚੱਲ ਮਨਾ ਚਾਹ ਦੀ ਘੁੱਟ ਉਹਦੇ ਹੈਪੀ ਕੋਲੇ ਪੀ ਲੈਣੇ ਜਾ ਕੇ ਹੋਰ ਕੀ ਆ ਬਸ ਤੇ ਚੱਲਦੇ ਆ ਚੱਕ ਕੱਪੜੇ ਆਪਦੇ ਸਰਦਾਰ ਜੀ ਨਾ ਤਾਂ ਮੈਂ ਤੋਂ ਮਾ ਨਾ ਮੇਰੀ ਤੋਂ ਬੈਨੂੰ ਓਏ ਕੋਈ ਬੰਦਿਆਂ ਦੇ ਕੰਮ ਕਰ ਲਿਆ ਕਰੋ ਬੰਦਿਆਂ ਦੇ ਕੰਮ ਕਰ ਲੋ ਕਿਉਂ ਸਾਡਾ ਦਿਮਾਗ ਹੱਲਿਆਗਾ ਕਾਦੇ ਬੰਦਿਆਂ ਦੇ ਕਰ ਲਗੇ ਹੋਰ ਤੈਨੂੰ ਮਨ ਮੁਰ ਚੱਜ ਹੈ ਨਹੀਂ ਚੱਜ ਮੈਨੂੰ ਬਥੇਰਾ ਸੀ ਬੈਠ ਸਾਰਾ ਰੋਲਤਾ ਤੂੰ ਬੈਠ ਬੈਠ ਮਨ ਜੀ ਗੱਲ ਸੁਣ ਮੇਰੀ ਬਹਿ ਜਾ ਕੋਲ ਮੈਂ ਤਾਂ ਤੇਰੀਆਂ ਗੱਲਾਂ 'ਚ ਆ ਕੇ ਨਹੀਂ ਰਾਜੀ ਹੈਗੀ ਓਏ ਮੇਰੀ ਸੁਣਤਾ ਲਗਾ ਲਾ ਇਹ ਲੋੜ ਤੇ ਲਵਾ ਨਹੀਂ ਹੁੰਦਾ ਹੁੰਦਾ ਪਤਾ ਬੋਲ ਗਏ ਆਖ ਨੂੰ ਬੁੱਢੇ ਜਵਾਨੀ ਵੇਲੇ ਦਾ ਕੰਮ ਮੈਂ ਹੀ ਆਉਂਗਾ ਤੂੰ ਕੰਮ ਆਉਣ ਨੂੰ ਧੀਆਂ ਪੁੱਤ ਵੀ ਕੰਮ ਹੀ ਆਉਂਦੇ ਆ ਜਿਹੜੀਆਂ ਬੁੜੀਆਂ ਦੇ ਹੁੰਦੇ ਨਹੀਂ ਬੰਦੇ ਉਹਨਾਂ ਦੇ ਕੌਣ ਕੰਮ ਆਉਂਦਾ ਓਏ ਉਹ ਜਿਹੜੀ ਕੁਦਰਤੀ ਖੇਡ ਹੁੰਦੀਆਂ ਹੋਰ ਹੁੰਦੀਆਂ ਜੇ ਜਿਉਂਦੇ ਤੋਂ ਬੰਦਾ ਪਰਾਂ ਰਹੇ ਬਹੁਤ ਮਾਰੀ ਗੱਲ ਹੁੰਦੀ ਆ ਏ ਕੋਈ ਦਿਮਾਗ ਲੜਾ ਲਾ ਮਾੜੀ ਮਾੜੀ ਸਿਆਣੀ ਬਣ ਜਾ ਤਾਂ ਕਰ ਨੂੰ ਹੱਸ ਲੈ ਮੈਂ ਲੜਾ ਲਾਂ ਦਿਮਾਗ ਮੈਂ ਕਿੱਦੇ ਤੈਨੂੰ ਕੁਛ ਕਿਹਾ ਸੀ ਤੂੰ ਤਾਂ ਹੀ ਚੜੀ ਜਾਂਦਾ ਚਲ ਕੋਈ ਨਹੀਂ ਜਿਹੜਾ ਕੁਛ ਹੋਣਾ ਹੋਇਆ ਹੋ ਗਿਆ ਇੰਨਾ ਬੜਾ ਨਹੀਂ ਕੰਮ ਕਰਦੇ ਹੁੰਦੇ ਬਹੁਤ ਚਿਰ ਹੋ ਗਿਆ ਵੀ ਹੁਣ ਚੁੱਪ ਕਰਕੇ ਆਪਦਾ ਲੀੜੇ ਵੀ ਧੋ ਰੋਟੀ ਵੀ ਲਿਆ ਗਿਆ ਸਾਰਾ ਕੁਛ ਕਰ ਦੂੰ ਹੋਏ ਨਹੀਂ ਕੰਮ ਚੱਲਣਾ ਰੋਟੀ ਖਾ ਹੋ ਗਿਆ ਹੁਣ ਪੋਲਾ ਓਏ ਪੋਲੇ ਵਾਲੀ ਤਾਂ ਕਿਹੜੀ ਗੱਲ ਆ ਆਹੀ ਕਰਦਾ ਗਰਮੀ ਦੇ ਜੱਟ ਐ ਨਹੀਂ ਪੋਲੇ ਪੋਲੇ ਹੁੰਦੇ ਮੈਂ ਵੀ ਕਹੀ ਤੇ ਖਾਣਾ ਹਾਂ ਫਿਰ ਤੂੰ ਕਹੀ ਤੇ ਖਾਣਾ ਮੈਂ ਵੀ ਨਹੀਂ ਉਹ ਕਰਦੀ ਚੱਲ 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 ਤੁਰਦੀ ਹੋ ਤੁਰਦੀ ਐਡੀ ਨਹੀਂ ਮੈਨੂੰ ਕੋਈ ਉਹ ਤੇਰੇ ਤੱਕ ਆਉਂ ਮੈਂ ਤਾਂ ਕਹਿੰਦਾ ਵੀ ਚੱਲ ਕਾਹਨੂੰ ਐਵੇਂ ਬੜੇ ਪੈਰ ਰੋੜ ਲੈਂਦਾ ਇਹ ਚਾਂਬਲੀ 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 ਜਾਂਦੀ ਹੈ ਤੈਨੂੰ ਕਹਿੰਦਾ ਨਾ ਵੀ ਤੀਵੀਂ ਜੇ ਗਿੱਚੀ ਪਿੱਛੇ ਮੱਤ ਹੁੰਦੀ ਹੈ ਸਿੱਖੀ ਸਕਾਈ ਹੋਰ ਹੀ ਚੱਲਦੀ ਹੈ ਹੋਰ ਜਾਣਗੇ ਚੱਲਦੀ ਹੈ ਤੂੰ ਕਰੇਗੀ ਮੇਰੇ ਭੋਲਾ ਭੋਲਾ ਹੋ ਗਿਆ ਸਵਾਲ ਕੇ ਕਹਿੰਦੀ ਹੈ ਘੋਰੇ ਮੂੰਹ ਕਰਕੇ ਚਲੋ ਮਨਾ ਇਹ ਕੱਪੜੇ ਦੀ ਕਿੰਨੀ ਗੱਲ ਇਹਦਾ ਮਸ਼ੀਨ ਚ ਪਾ ਤੇ ਕੰਮ ਨਵੇੜ ਐਵੀਂ ਆਕੜਾ ਬੇ ਆਕੜਾ ਕਹਿੰਦਾ ਭੋਲੇ ਬੇ ਭੋਲੇ ਕਹਾਉਣਾ ਤੂੰ ਸੜੀ ਤੀਵੀ ਨਾ ਹੋਵੇ ਜੀ ਚਾਂਬੜੀ ਹੈ ਇੱਧਰ ਕਿੱਧਰ ਆਉਣਾ ਕੱਪੜੇ ਜੇ ਚੱਕੀ ਮਸ਼ੀਨ ਚ ਪਾਉਣਾਗਾ ਹੋਰ ਕਿੱਧਰ ਆਉਣਾਗਾ ਮਸ਼ੀਨ ਚ ਨਹੀਂ ਮੈਂ ਪਾਉਣ ਦਿੰਦੀ ਮਸ਼ੀਨ ਮੇਰੀ ਨੂੰਹ ਦੇ ਪੇਕਿਆਂ ਨੇ ਦਿੱਤੀ ਹੈ ਨਾਲੇ ਆਪਦੇ ਉਹ ਪਈਏ ਡੱਗੀ ਤੇ ਉਧਰ ਜਾ ਕੇ ਧੋਲਾ ਮੈਨੂੰ ਲੱਗਦਾ ਤੁਸੀਂ ਬਾਹਰ ਹੀ ਗਾਹਾਂ ਹੀ ਗਾਹਾਂ ਜਾਈ ਜਾਨੀ ਉਹ ਤੁਸੀਂ ਤਾਂ ਬਾਹਰ ਹੀ ਚੰਬਲ ਗਿਆ ਨਾ ਪਹਿਲਾਂ ਅਸੀਂ ਨਹੀਂ ਗਏ ਗਾਹਾਂ ਤੂੰ ਗਿਆ ਓਏ ਇੱਡੀ ਵੀ ਕੋਈ ਖਾਸ ਗੱਲ ਨਹੀਂ ਡੱਗੀ ਜੀ ਤੁਹਾਨੂੰ ਹੱਸ ਦਿੱਤੇ ਨਾ ਤੇਰੇ ਨਿਕਲਦੇ ਹੁੰਦੇ ਨਹੀਂ ਜਦੋਂ ਬੰਦੇ ਦਾ ਫਰਕ ਪੈ ਜਾਂਦਾ ਹੱਸ ਦਿੱਤੇ ਰੱਬ ਨੇ ਦੋ ਹੱਸ ਦਿੱਤੇ ਰੱਬ ਨੇ ਹੱਸ ਦਿੱਤੇ ਤਾਂ ਤੋਲਾ ਉੱਥੇ ਆ ਗਈ ਮਸ਼ੀਨ ਨਹੀਂ ਨਾ ਚੰਗਾ ਕੋਣੀ ਇਹ ਗੱਲਾਂ ਮੇਰੇ ਦਿਲ ਤੇ ਲਿਖੀ ਜਾਂਦਾ ਵਾ ਲਿਖੀ ਮੈਂ ਵੀ ਲਿਖੀ ਜਾਂਦੀ ਹਾਂ ਕਿਤੇ ਕਿਉਂ ਕਰਦੀ ਹੋਗੀ ਸਾਰੇ ਮੁੰਡੇ ਨੇ ਦੇਖ ਲੈ ਕਹੇ ਚੱਜ ਕਰਦਾ ਕਹਿੰਦਾ ਮੈਂ ਦਿਲ ਤੇ ਲਿਖੀ ਬੈਠਾ ਜੇ ਤੂੰ ਦਿਲ ਤੇ ਲਿਖੀ ਬੈਠਾ ਗਲੀਟ ਮੈਂ ਵੀ ਨਹੀਂ ਮਾਰੀ ਮੇਰੇ ਵੀ ਦਿਲ ਚ ਲਿਖੀਆਂ ਹੀ ਹੋਈਆਂ ਸਾਰੀਆਂ ਲੱਗਾ ਤਾਂ ਸੁਣ ਲੈ ਮੇਰੀ ਇੱਕ ਐਵੇਂ ਸਾਰੇ ਰੀੜੇ ਭਿਉਣ ਨੂੰ ਬਿੰਦ ਬਿੰਦੇ ਕੀ ਲੱਗਿਆ ਨਾ ਤਾਂ ਮੁੱਕੇ ਨੂੰ ਕੁਛ ਲੱਗਿਆ ਇਹ ਉਮੀਕ ਰੁਪਏ ਆਹ ਮੁੱਕਾ ਵਧੀਆ ਪਿਆ ਐਵੇਂ ਆਪਾਂ ਆ ਝੁੱਗਾ ਵੀ ਵਧੀਆ ਹੈ ਕੱਲਾ ਆ ਝੁੱਗਾ ਧੋਣ ਵਾਲਾ ਇਹਨੂੰ ਕੀ ਲੱਗਦਾ ਮਿੰਟ ਲੱਗੂਗਾ ਹੁਣ ਝੱਲ ਦਿੰਦੇ ਕੰਮ ਤਾਂ ਜਿੱਟਾ ਔਖਾ ਹੈ ਚੱਲ ਕਰਾਂਗੇ ਕਰਨਾ ਹੀ ਹੈ ਕਿੱਡੀ ਖਾਸ ਗੱਲ ਹੈ ਸਾਬਣ ਲਾ ਤੇ ਕੰਮ ਨਵੇੜ ਅੱਜ ਤਾਂ ਮਨਾ ਸਾਬਣ ਦਾ ਪੱਤ ਲਾ ਲੈ ਸਵੇਰੇ ਬਸੇਰੀ ਸਰਫ ਲਿਆ ਪਹਿਲਾਂ ਪਾਦਾ ਸਰਫ ਉੱਤੋਂ ਦੀ ਪਾ ਦਾਂਗੇ ਪਾਣੀ ਵਿੱਚ ਭਿਉਂਦਿਆ ਕਰਾਂਗੇ 10 ਮਿੰਟਾਂ ਬਾਅਦ ਜਦੋਂ ਸੱਤ ਚੋਂਗੇ ਖੁੰਬ ਵਾਂਗੂ ਨਿਖਰਿਆ ਕੱਢਿਆ ਕਰਾਂਗੇ ਚੱਕਿਆ ਕਰਾਂਗੇ ਦੇਖਿਆ ਐਂ ਤਾਂ ਹੁਣ ਬਾਹਰ ਵੀ ਮੁੰਡੇ ਕੁੜੀਆਂ ਆਪਾਂ ਉਹਦੇ ਧੋਂਦੇ ਨਾ ਆਪਾਂ ਵੀ ਉੱਥੇ ਧੋਈ ਲੈਂਦੇ ਕਿੰਨੀ ਖਾਸ ਗੱਲ ਸੀ
खून मच जांदा चंगा तू तो गुस्से हो जानी है बट दे नेड़े ही फिर दे है आ लो जी चाह पी लो ते नाले रोटी खा लो लिया रोटी तो नहीं मैं खानी हैगी ऐ कर मेनू घुट चाह दी बना दे चाह तो नहीं खानी भाई रोटी तो मां भूखी नहीं लगी कोह ना मेनू भूखी मां फड़ी रोटी अमरूद पे सी मैं तो ओही खा ले दो तोते तोड़ तोड़ सिटी ले ही दो चक्के मैं खा गया जब रोटी दा टाइम जा टप जांदा ना फिर मुड़ के भूख मर जांदी आ चल कोई गल नहीं मेनू तो घुट चाह दी पा दी अजे तक इकट्ठे आए हो है बापू भी मगरी तुरया आंदा थोड़े ला ओनु पता नहीं किधरों सद्दा मिल जांदा वी खेत पियां बापू अड बैठा कोई गल नहीं पुछ के लिया जे इत आ गया ठीक है जे ना आया तो आप पी लांगे आ गया मैं उदो नहीं देखा जो बेबे नु बोलता चल हौली बोल मां एवं लोग सुन लेंगे दो मिनटा च ही आ गया मैं गुस्सा ना कर तू गल बापू तू तो गुस्से हो ना मैं तेन ऐ कहना मां चाह लेके आई आया कुट चाह पी ला अच्छा तेरी मां की चाह पी सड़ी हुई मां चाह लेके आई है क्यों गुस्से होना ओही मां ते ओही चाह जेड़ी मां चाह बनाउंदी हुंदी सी पत्ती पा के पी के आ जा पत्ती ओ बापू क्यों गुस्सा करदा कदे ता हिंड नु पिछा दे दिया कर बस मैं नहीं हुण ए गल्ला ते अड बस कम निवेड़ दे बस बाला मैं कोई लोड़ नहीं आपदा कम हुंदा जेड़ा कर लिया कर ओ मेनू ना बुलाया करो ओ बापू मैं ते तेनु ए गल कहंदा सी वी सदा हिंडां चलदियां नहीं हुंदियां हैगियां तेनु मैं किन्ने क वारी समझावां वी मां नु कह दे वी गलती होगी मेथों दस चूल्हे ते दाड़ी मचा लेगा मैं उस गल नू कहना मर्जी है तेरी तू नी हिंड नू पिछा दिंदा हैगा फिर तू भी मच जांदी बट तो उन्ने ही रहंदे चल कोई गल नहीं फिर सत श्री अकाल जी हुणे हुणे तुसी साडी वीडियो देखी आ वीडियो किद्दां लगी कमेंटां दे विच जरूर दस्यो ते जेड़े वीर जां भैण चैनल ते नवें आया प्लीज़ उस चैनल नूं सबसक्राइब करना ना भुल्यो वीडियो विच कुछ गलतियां भी होणगियां लेकिन हौली हौली असीं उहनां नूं सुधारन की कोशिश कर रहे हां तुहाडे सपोर्ट की सानूं बहुत ज़्यादा लोड़ आ चैनल नूं सबसक्राइब कर लिओ नाल वाली जिहड़ी बैल आ उहनूं दबाउणा ना भुल्यो तां जो साडी वीडियो दा नोटिफिकेशन तुहाडे तक पहुँच सके धन्नवाद जी सत श्री अकाल जी।